ਇੱਕ ਅਸੀਂ ਪਸ਼ੂ ਪਟਾ ਦਈਏ ਨਾ, ਅਸੀਂ ਉਹ ਤੈਨੂੰ ਪਜਾ ਦਿੰਦੇ ਹਾਂ ਤਾਂ ਤੂੰ ਸਾਨੂੰ ਪਜਾ ਦੇ। ਜੇ ਸਾਨੂੰ ਇਹ ਪਸ਼ੂ ਹੀ ਸਮਝਿਆ ਸੀ, ਸਾਡਾ ਵੱਟਾ ਸੱਠਾ ਕੀਤਾ ਮੁਸਲਮਾਨਾਂ ਦੇ ਨਾਲ, ਪਸ਼ੂਆਂ ਵਾਂਗੂ ਹੀ ਸਾਨੂੰ ਕਰ ਦਿੰਦੇ ਵੀ ਸਾਨੂੰ ਇਹ ਇੱਧਰ ਲੈ ਆਉਂਦੇ ਉਹਨਾਂ ਨੂੰ ਇੱਧਰ ਦੇ। ਸਭ ਤੋਂ ਪਹਿਲਾਂ ਆਜ਼ਾਦ ਪੰਜਾਬ ਬਾਰੇ ਮੈਨੀਫੈਸਟੋ ਜਾਰੀ ਕਰ ਦਿੱਤਾ। ਸਿੱਖ ਆਗੂ ਹਿੰਦੂ ਕਾਂਗਰਸ ਦੇ ਦਿਮਾਗ ਨੂੰ ਪੜਨ ਤੋਂ ਅਸਮਰੱਥ ਰਹੇ। ਨਹਿਰੂ ਇਸ ਪਲਾਨ ਨੂੰ ਪੜ੍ਹਨ ਲਈ ਆਪਣੇ ਕਮਰੇ ਵਿੱਚ ਲੈ ਗਏ। ਨਹਿਰੂ ਤੇ ਦਿਲ ਦਹਿਲਾਉਣ ਵਾਲਾ ਪ੍ਰਭਾਵ ਪਿਆ। ਨਹਿਰੂ ਨੂੰ ਮਾਊਂਟਬੈਟਨ ਤੇ ਕੋਈ ਭਰੋਸਾ ਨਾ ਰਿਹਾ। ਉਹ ਰਾਤ ਨੂੰ 2 ਵਜੇ ਗੁੱਸੇ ਨਾਲ ਭਰੇ ਇਸ ਪਲਾਨ ਖਿਲਾਫ ਆਪਣੀ ਪੜਾਸ ਕੱਢਣ ਲੱਗ ਪਏ। ਵਾਇਸਰਾਏ ਲਾਰਡ ਬੇਵਲ ਅਕਾਲੀ ਲੀਡਰਸ਼ਿਪ ਤੋਂ ਬਾਹਰੇ ਇੱਕ ਹੋਰ ਵਿਅਕਤੀ ਦੇ ਸੰਪਰਕ ਵਿੱਚ ਵੀ ਸੀ। ਇਹ ਸ਼ਖਸ ਪਟਿਆਲਾ ਰਿਆਸਤ ਦਾ ਮਹਾਰਾਜਾ ਯਾਦਵਿੰਦਰ ਸਿੰਘ ਸੀ। ਰਹਿਣ ਸਹਿਣ ਜਿਹੜਾ ਸਾਡਾ ਮੁਸਲਮਾਨਾਂ ਨਾਲ ਸੀ, ਉਹ ਸਾਡਾ ਆਣ ਕੇ ਇੱਥੇ ਸਿੱਖਾਂ ਨਾਲ ਬਣੀ ਬਣੀ ਜਿੱਦਾਂ ਨਾ ਉਸ ਸਾਲ ਨਰਮੇ ਕੀ ਕਮਾਦ ਕੀ ਇੰਨੇ ਭਾਰੇ ਸੀਗੇ ਵੀ ਜਿੱਦਾਂ ਛੱਡ ਕੇ ਆਉਣਾ ਸੀ। ਇੱਕ ਰਿਵਾਲਵਰ ਮੇਰੇ ਭਰਾ ਕੋਲ ਸੀਗਾ ਅਤੇ ਇੱਕ ਤਾਏ ਦਾ ਪੁੱਤ ਉਹਦੇ ਕੋਲ ਰਾਈਫਲ ਸੀ। ਜਿੰਨਾ ਕੁ ਕਾਫਲਾ ਤੁਰਿਆ ਉਸ ਵੇਲੇ ਸਾਡੇ ਕੋਲ 2 ਹਥਿਆਰ ਹੀ ਸੀ। RSS ਨੂੰ ਟ੍ਰਬਲ ਸਪਰੈਡਿੰਗ ਏਜੰਸੀ ਅਤੇ ਪੋਟੈਂਸ਼ੀਅਲੀ ਵੈਰੀ ਡੇਂਜਰਸ ਦੇ ਖਾਤੇ ਵਿੱਚ ਰੱਖਿਆ ਗਿਆ। 24 ਜਨਵਰੀ 1947 ਨੂੰ ਪੰਜਾਬ ਸਰਕਾਰ ਨੇ RSS ਤੇ ਪਾਬੰਦੀ ਲਗਾ ਦਿੱਤੀ। ਮੀਨਾ ਆਉਂਦੇ ਹਨ ਤਾਂ ਪਹਿਲਾਂ ਮਿਲੀ ਨਹੀਂ ਸੀ, ਅੱਧੀ ਤੋਂ ਜ਼ਿਆਦਾ ਕੱਟੀ ਗਈ। 13 ਕਿੱਲੇ ਜ਼ਮੀਨ ਦੇ ਸਾਨੂੰ ਪਏ, 100-150 ਕਿੱਲੇ ਦੇ ਵਿੱਚੋਂ ਛਿਟਕੇ ਨੋਟੀ ਸਾਨੂੰ ਅੱਗਾਂ ਲਾ ਲਾ ਕੇ ਆਪ ਸ਼ਾਲਾ ਵਿੱਚ ਮਾਰੀਏ। ਸਾਡੇ ਪਰਿਵਾਰ ਦੇ 23 ਜੀ ਮਰੇ। ਵੱਡਾ ਸਵਾਲ ਇਹ ਹੈ ਕਿ ਕੀ ਇਸ ਨੂੰ ਰੋਕਿਆ ਜਾ ਸਕਦਾ ਸੀ? ਕੀ ਇਸ ਗੱਲ ਦਾ ਪਤਾ 16 ਅਗਸਤ ਨੂੰ ਸ਼ਾਮ 5 ਵਜੇ ਹੀ ਲੱਗਿਆ ਕਿ ਬਟਵਾਰੇ ਵਿੱਚ ਕਿਹੜਾ ਇਲਾਕਾ ਕਿਸ ਦੇਸ਼ ਵਿੱਚ ਸ਼ਾਮਿਲ ਕੀਤਾ ਜਾ ਰਿਹਾ ਹੈ? ਸੁਜੜੇ ਘੋਂਸਲੇ ਕੋ ਫਿਰ ਜਾ ਕੇ ਮੈਂ ਬਸਾਉਂ, ਚੁਗਤਾ ਫਿਰ ਮਨ ਮੈਂ ਜ਼ਰਾ ਜ਼ਰਾ ਸੇ ਦਾਣੇ, ਸਾਥੀ ਜੋ ਹੈ ਪੁਰਾਣੇ ਉਨਸੇ ਮੈਨੂੰ ਮਿਲਾਉਂ। ਅਸੀਂ ਵੀ 18 ਮੁੰਡੇ ਇਕੱਠੇ ਪੜ੍ਹਦੇ ਸੀ। ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ,